ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਰਜਿੰਦਰ ਕੌਰ ਸੰਧੂ ਫਰੋਮ ਮੈਰੀਲੈਂਡ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿ ਪਰਮੇਸ਼ੁਰ ਨੇ ਕਿਸ ਤਰ੍ਹਾਂ ਮੈਨੂੰ 15 ਸਾਲ ਪੁਰਾਣੀ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ। ਮੈਂ ਪਰਮੇਸ਼ੁਰ ਬਾਰੇ ਤਾਂ ਜਾਣਦੀ ਸੀ ਪਰ ਮੈਂ ਕਦੇ ਚਰਚ ਅਟੈਂਡ ਨਹੀਂ ਸੀ ਕੀਤੀ। ਪਰ ਜਦੋਂ ਇਸ ਸਾਲ ਮੈਂ 22 ਮਾਰਚ 2021 ਨੂੰ ਪਰਸਨਲ ਅਪਾਇੰਟਮੈਂਟ ਦਾ ਨਾਲ ਪਾਸਟਰ ਜਤਿੰਦਰ ਜੀ ਗਿੱਲ ਕੋਲ ਲੇਹਣ ਪ੍ਰਾਰਥਨਾ ਕਰਵਾਉਣ ਦੇ ਲਈ ਗਈ ਤਾਂ ਮੇਰੇ ਅੰਦਰ ਦੀ ਦੁਸ਼ਟ ਆਤਮਾ ਜ਼ਾਹਿਰ ਹੋਈ ਅਤੇ ਜਿਸ ਤੋਂ ਪਰਮੇਸ਼ੁਰ ਯਿਸੂ ਮਸੀਹ ਜੀ ਨੇ ਮੈਨੂੰ ਛੁਟਕਾਰਾ ਦਿੱਤਾ। ਮੈਂ ਇਸ ਛੁਟਕਾਰੇ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਦਾ ਅਤੇ ਪਾਸਟਰ ਜਤਿੰਦਰ ਗਿੱਲ ਜੀ ਅਤੇ ਸਿਸਟਰ ਰੋਜ਼ੀ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।